यंग फार्मर चैनल ना जुड़े हुए सारे भैन भरावान प्यार भरी सत श्री अकाल जी। दोस्तों जिमें पहला भी थोड़े तो बहुत वधिया आप वीडियो जानकारी भरपूर लैके आने शौकी बंदा ना तो मिला रहने जेडे आपो अपने खेतर बहुत मल्ला मार चुके ने। सो अज आप अपनी मंडी के बैठे हाँ भलाई आना बकरा मंडी जी कि हर एतवार लगती है ते अपने नाल जिहड़े फ्रेम दे विच तुसी बाई देख रहे हो बाई होरी बरबरी बकरियां दे विच इन्हां दे वड्डे नाम ने ते बाई इधर जगदीप बैठे ने सरदारगढ़ तो बाई कुलदीप बैठा बाई बाजक तो आ ते नाल अपने बाई बैठा मनप्रीत सिंह बाजक जिहड़े बरबरी का शौक रखते हैं ते इधरले पासे बाई रिंकू मुकसर तो संगू धौण पिंड है इन्हां दा ते इन्हां दे जानवर भी कंपीटीशनां दे विच जिहड़ा चंगा नामना हुण तक खट चुके ने। ये सारे भरा अपने बरबरी बकरियां का शौक रखते ने मेलों ते जांदे ने कंपीटीशन लड़ते ने चंगे रेटां ते जानवर वेचते ने अते चंगे रेटां ते जानवर खरीदते ने। सो अज अपनी मंडी ते बाई होरी स्पैशल चल के आए सीगे अपने जानवर दिखाउण दे लई ते आयो गलबात करदे आ शुरू। सत श्री अकाल बाई पहला सारयां नूं ते अपने नाल बाई मनप्रीत गल करूगा बाजक तो ते बाई सब तो पहला तो अपने बारे दस दिओ है ना अपना पिंड ते कदों तो शौक पिया है बरबरियां दा। बाई जी अपना पिंड बाजक है हाँ जी। नाम मेरा मनप्रीत है ते बरबरी तो बाई वैसे मैं बहुत टाइम तो रखता रहा मतलब भी 7-8 साल तो मतलब रखते रहे पहला तो उदो इन्हां ट्रेंडिंग च नहीं सीगा काम। हाँ जी ते उन्हां टाइम च मैं 2-2 हज़ार 2500-2500 दे भी नग बेचता रहा मतलब गब्बण। हाँ जी ते हौली हौली ट्रेंड के हिसाब नाल मुड़ के मैं बीटल का भी चलाया काम ते घर दे विच जगह थोड़ी मैनूं कंजस्टड जिहा माहौल सी ते फिर मैं सारे कम ही करदे आ सारे शौक सीगे ते बीटल का भी रखते रहे फिर उदो बाद बरबरी का शौक पै गया ये फिर थोड़ी घट जगह घेरदी आ। हाँ जी ता करके फिर बरबरी का काम हौली हौली चला रहा सीगा। ठीक है बई बई जिवें अपने हुंदा है ना भी जिमींदार ने मुंडे आ चलो सब तो पहला तो अपना हुंदा काम भी पढ़ाई करनी है यार। हाँ जी पढ़ाई दे नाल चलो थोड़ा बहुत समा आपां खेती नूं दे दिंदे आ। हाँ जी ये शौक की चिणग कित्थों लगी सी तुहानूं सब तो पहला भी जदों मन दे विच आया ਵੀ ਆਪਾਂ ਯਾਰ ਬੱਕਰੀ ਰੱਖਣੀ ਹੈ ਚਿਣਗ ਕਿੱਥੋਂ ਲੱਗੀ ਸੀ? ਚਿਣਗ ਲਾਉਣ ਵਾਲੇ ਤਾਂ ਮੇਰੇ ਨਾਲ ਬੈਠਾ ਬਾਈ ਇਹਨਾਂ ਦੇ ਪਹਿਲਾਂ ਦੇਸੀ ਬੱਕਰੀਆਂ ਵਾਲਾ ਰੱਖਿਆ ਹੁੰਦਾ ਤੇ ਮੈਂ ਉਹਦਾ ਨਿੱਕਾ ਜਾ। ਹਾਂਜੀ ਤੇ ਆਪਣੇ ਘਰ ਦੇ ਮੈਂ ਆਖਿਆ ਵੀ ਬੱਕਰੀ ਨਹੀਂ ਰੱਖਣ ਦਿੰਦੇ ਸੀ ਵੀ ਕਹਿੰਦੇ ਵੀ ਕਿੱਧਰ ਜਵਾਕ ਨੂੰ ਬੱਕਰੀ ਵਾਲੇ ਕੰਮ 'ਚ ਪਾਵਾਂਗੇ। ਹਾਂ ਬਾਈ ਵੀ ਨਹੀਂ ਘਰੇ ਨਹੀਂ ਵਾੜਦੇ ਬੱਕਰੀ। ਮੈਂ ਇਹਨਾਂ ਦੇ ਘਰੇ ਜਾ ਵੜਦਾ ਨਿੱਕੇ ਨਿੱਕੇ ਮੇਮਣੇ ਹੁੰਦੇ ਤੇ ਮੈਂ ਖੇਡਣ ਲੱਗ ਜਾਂਦਾ ਘਰੇ ਫਿਰ ਮੈਂ ਜਿੱਦ ਕਰਦਾ ਵੀ ਮੈਂ ਵੀ ਬੱਕਰੀ ਰੱਖਣੀ ਆ। ਅੱਛਾ ਉਹ ਜਵਾਕ ਸੀ ਤੇ ਘਰ ਦੇ ਮਤਲਬ ਵੀ ਚਲੋ ਇਗਨੋਰ ਵੀ ਕਰ ਦਿੰਦੇ ਵੀ ਚਲੋ 2-4 ਦਿਨ ਕਰੂ ਹਨਾ ਪਰ ਉਹ ਜਿਹੜਾ ਕੀੜਾ ਸੀ ਕਿਤੇ ਨਾ ਕਿਤੇ ਬੈਠਾ ਸੀ ਅੰਦਰ ਬੈਠਾ ਹੁੰਦਾ ਔਰ ਹੌਲੀ ਹੌਲੀ ਮਤਲਬ ਰੱਖਣ ਲੱਗ ਗਏ ਤੇ ਸ਼ੌਂਕ ਪੈਂਦਾ ਗਿਆ ਤੇ ਉਹ ਸ਼ੌਂਕ ਨੂੰ ਖੈਰ ਹੁਣ ਤੱਕ ਰੱਖੀ ਆਏ ਪਾਲੀ ਆਏ। ਠੀਕ ਹੈ ਬਾਈ ਉਹ ਗੱਲਾਂ ਨੂੰ ਮਤਲਬ ਵੀ ਮੈਂ ਤਾਂ ਬਚਪਨ ਤੋਂ ਮਤਲਬ ਵੀ ਆਪਾਂ ਨੂੰ ਬੱਕਰੀ ਚਲ ਹਰੇਕ ਬੱਚੇ ਨੂੰ ਹੁੰਦਾ ਜਿਹੜਾ ਹੁਣ ਆਪਣੇ ਜ਼ਿਮੀਦਾਰਾਂ ਦੇ ਪਰਿਵਾਰ ਚ ਲਾਲਾ ਆਪਣੇ ਜਿਹੜੇ ਖੇਤੀ ਨਾਲ ਜੁੜੇ ਆ ਆਪਾਂ ਨੂੰ ਜਾਨਵਰਾਂ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ ਹੈ। ਹਾਂ ਤੇ ਉਦੋਂ ਫਿਰ ਸ਼ੌਂਕ ਪਿਆ ਸੀ ਫਿਰ ਹੌਲੀ ਹੌਲੀ ਵਧਾਉਂਦੇ ਗਏ ਕੰਮ। ਬਾਈ ਜਿਵੇਂ ਨਾ ਕਈ ਬੰਦਿਆਂ ਨੂੰ ਸ਼ੌਂਕ ਹੁੰਦਾ ਵੀ ਚਲੋ ਇੱਕ ਵਾਰੀ ਬੱਕਰੀਆਂ ਰੱਖੀਆਂ ਤੇ ਵਪਾਰ ਕਰੀ ਗਏ ਹੈ ਨਾ ਜਿਵੇਂ ਆਮ ਸਧਾਰਨ ਬੱਕਰੀਆਂ ਰੱਖ ਕੇ ਵੀ ਆਪਾਂ ਚਲੋ ਕਹਿ ਦਿੰਦੇ ਹਾਂ ਯਾਰ ਠੀਕ ਆ ਆਪਾਂ ਵੇਚੀ ਜਾਂਦੇ ਹਾਂ ਪਰ ਬਾਈ ਹੋਰਾਂ ਦਾ ਥੋੜ੍ਹਾ ਜਿਹਾ ਕੰਮ ਅਲੱਗ ਆ ਇਹ ਜਾਨਵਰ ਆਏ ਵੀ ਪੂਰਾ ਟੌਪ ਦਾ ਰੱਖਦੇ ਆ ਰੇਟ ਰੂਟ ਵੀ ਇਹਨਾਂ ਦੇ ਟੌਪ ਦੇ ਹੀ ਹੁੰਦੇ ਆ ਗੱਲਬਾਤ ਆਪਾਂ ਬਾਈ ਨਾਲ ਕਰਨੀ ਹੈ ਸਾਰੀ ਵੀ ਬਾਈ ਜਿਵੇਂ ਤੁਸੀਂ ਕੰਨਾਂ ਦੀ ਕੁਆਲਿਟੀ ਬੜਾ ਹੈ ਨਾ ਧਿਆਨ ਦਿੰਦੇ ਹੋ ਆਪਣੀ ਗੱਲਬਾਤ ਜਿਵੇਂ ਪਹਿਲਾਂ ਤਾਂ ਹੁੰਦੀ ਸੀ ਹੁਣ ਤੱਕ ਵੀ ਤੁਸੀਂ ਕਹਿੰਦੇ ਹੋ ਕੰਨਾਂ ਦਾ ਸਾਨੂੰ ਪੂਰਾ ਸ਼ਕੀਨ ਜਾਨਵਰ ਚਾਹੀਦਾ ਕਈ ਵਾਰੀ ਆਪਾਂ ਨੂੰ ਸਸਤਾ ਜਾਨਵਰ ਹੋਰ ਮਿਲਦਾ ਹੁੰਦਾ ਡਾਊਨ ਕੁਆਲਿਟੀ ਦਾ ਤੁਸੀਂ ਖਰੀਦਦੇ ਨਹੀਂ ਇਹਦਾ ਕੀ ਕਾਰਨ ਹੈਗਾ ਵੀ ਜ਼ਿਆਦਾ ਕੁਆਲਿਟੀ ਤੇ ਧਿਆਨ ਦਿੰਦੇ ਹੋ ਤੁਸੀਂ? ਨਹੀਂ ਮੇਨ ਗੱਲ ਤਾਂ ਇਹੀ ਹੈ ਬਈ ਮੇਰੀ ਸੋਚ ਥੋੜੀ ਇਹ ਹੈ ਵੀ ਜਾਨਵਰ ਰੱਖਣਾ ਤਾਂ ਚੰਗਾ ਹੀ ਰੱਖਣਾ ਨਹੀਂ ਮਾੜਾ ਨਹੀਂ ਰੱਖਣਾ ਉਹ ਕਹਿੰਦੇ ਹੁੰਦੇ ਗਧਾ ਵੀ ਪਾਲਣਾ ਤੇ ਘੋੜਾ ਵੀ ਪਾਲਣਾ ਘੋੜਾ ਵੀ ਪਾਲਣਾ ਖਰਾਕ ਤਾਂ ਉਹਨਾਂ ਨੇ ਇੱਕੋ ਜਿਹੀ ਖਾਣੀ ਆ ਤੇ ਫਿਰ ਚੀਜ਼ ਚੰਗੀ ਰੱਖੋ। ਠੀਕ ਹੈ ਬਈ ਚੰਗੀ ਚੀਜ਼ ਹੋਊਗੀ ਤੁਹਾਨੂੰ ਆਮਦਨ ਵੀ ਚੰਗੀ ਹੋਊਗੀ ਤੇ ਮੈਂ ਤਾਂ ਮੰਨਦਾ ਵੀ ਮਾੜਾ ਜਾਨਵਰ ਮੈਂ ਛੇਤੀ ਕਿਤੇ ਖਰੀਦਦਾ ਨਹੀਂ ਮੇਰੇ ਮਤਲਬ ਘਰੇ ਜਿਹੜੇ ਜਾਨਵਰ ਹੋਣਗੇ ਮੈਂ ਛੇਤੀ ਕਿਤੇ ਨਰਮ ਜਾਨਵਰ ਨਹੀਂ ਖਰੀਦਦਾ। ਠੀਕ ਹੈ ਬਈ ਕਿਉਂਕਿ ਜੇ ਚੰਗੇ ਜਾਨਵਰ ਹੋਣਗੇ ਚੰਗਿਆਂ ਕਰਕੇ ਤੁਹਾਡੀ ਮਾਰਕੀਟ ਬਣਨੀ ਆ। ਠੀਕ ਹੈ ਬਈ ਜੇ ਇੱਕ ਜਾਨਵਰ ਤੁਹਾਡੇ ਕੋਲ ਪੂਰੀ ਟੌਪ ਕੁਆਲਿਟੀ ਦਾ ਹੋਇਆ ਨਾ ਉਹ ਨਾਲ ਵਾਲੇ ਦੋ ਨਰਮ ਜਾਨਵਰਾਂ ਦੀ ਵੀ ਕੀਮਤ ਵਧਾ ਆਂਦਾ ਉਹਨਾਂ ਦਾ ਰੁਤਬਾ ਵਧਾ ਆਂਦਾ ਤੇ ਜੇ ਨਰ ਦੇ ਦੋ ਤਕੜੇ ਆ ਤੇ ਤਿੰਨ ਮਾੜੇ ਆ ਤੇ ਫਿਰ ਦੂਜੇ ਨੂੰ ਵੀ ਲੈ ਡੇਗਦੇ ਆ ਇਹ ਚੀਜ਼ ਆ। ਬਾਈ ਜਿਵੇਂ ਆਪਣਾ ਜਾਨਵਰ ਆ ਤੁਹਾਡਾ ਫਰੇਮ 'ਚ ਦਿਸ ਰਿਹਾ ਹਨਾ ਬਰੀਡਰ ਤੁਸੀਂ ਨਵਾਂ ਖਰੀਦਿਆ ਬੱਕਰਾ ਇਹਦੇ ਬਾਰੇ ਥੋੜਾ ਡਿਟੇਲ ਨਾਲ ਦੱਸਿਓ ਵੀ ਕੀ ਡਿਟੇਲ ਹੈਗੀ ਆ ਕਿਹੜੀ ਲਾਈਨ 'ਚੋਂ ਆ ਇਹ ਕਿੱਥੋਂ ਖਰੀਦਿਆ ਕਿਵੇਂ ਅੱਗੇ ਤਿਆਰ ਕਰੋਗੇ ਇਹਨੂੰ? ਇਹ ਬਾਈ ਜੀ ਚੁੱਗੇ ਗਲਾਂ ਖੜਾ ਸੀ। ਹਾਂਜੀ ਬਾਈ ਸੰਦੀਪ ਦੇ ਨਾ ਨੋਨ ਸੀਗਾ ਬੰਦਾ। ਠੀਕ ਹੈ ਉਹਨਾਂ ਨੇ ਸੰਦੀਪ ਨੇ ਦਵਾਇਆ ਸੀਗਾ। ਇਹ ਬਾਬਾ ਬਲਕਾਰਨਾ ਬੋਧਨ ਵਾਲੀ ਪਿੰਡ ਤੋਂ ਰਾਜਸਥਾਨ ਤੋਂ। ਹਾਂਜੀ ਹਾਂਜੀ ਤੇ ਉਹਨਾਂ ਦੀ ਬਲੱਡ ਲਾਈਨ ਚੰਗੀ ਸੀਗੀ।
ਠੀਕ ਹੈ ਬਾਈ। ਤੇ ਉਹਨਾਂ ਦੀ ਬਲੱਡ ਲਾਈਨ ਚੋਂ ਪਹਿਲਾਂ 80,000 ਦਾ ਇੱਕ ਬਰਬਰਾ ਹੋਰ ਵੀ ਵਿਕਿਆ। ਹਾਂਜੀ ਬਾਈ ਰਾਜਪ੍ਰੀਤ ਲੈ ਕੇ ਬਾਈ ਰਾਜਪ੍ਰੀਤ ਕੋਲੇ ਆ ਉਹ। ਠੀਕ ਹੈ ਬਾਈ। ਤੇ ਉਸੇ ਬਲੱਡ ਲਾਈਨ ਚੋਂ ਮੰਨ ਲਾ ਇਹ ਬੱਚਾ ਹੈਗਾ। ਠੀਕ ਹੈ ਬਾਈ। ਤੇ ਇਹ ਆਪਣੇ ਚੁੱਗੇ ਕਲਾ ਪਿੰਡ ਚ ਆਇਆ ਹੋਇਆ ਸੀਗਾ। ਹਾਂਜੀ। ਤੇ ਉਸ ਬਲੱਡ ਲਾਈਨ ਚੋਂ ਦੋ ਹੀ ਬੱਚੇ ਬਾਹਰ ਆਏ ਹੋਏ, ਇੱਕ ਬਣਾ ਵਾਲੀ ਬਾਈ ਬਲਕਰਨ ਦੇ ਪਿੰਡ ਹੈ। ਹਾਂਜੀ। ਤੇ ਇੱਕ ਇਹ ਬੱਚਾ ਸੀਗਾ। ਠੀਕ ਹੈ ਬਾਈ। ਤੇ ਹੁਣ ਹੋ ਸਕਦਾ ਵੀ ਇੱਕ ਦੋ ਹੋਰ ਵੀ ਆਏ ਹੁਣ ਜਾਨਵਰ ਬਾਹਰ, ਪਰ ਮੇਨ ਇਹੀ ਜਾਨਵਰ ਸੀਗੇ ਜਿਆਦਾ ਜਿਹੜੇ ਲੋਕਾਂ ਦੀ ਨਿਗਾਹ ਚ ਆਏ ਆ, ਹਨਾ ਜਾਨਵਰ। ਹਾਂਜੀ ਹਾਂਜੀ ਬਾਈ। ਜਿਵੇਂ ਇਹਦੇ ਬਾਈ ਕੰਨਾਂ ਦੀ ਕੁਆਲਿਟੀ ਬੜੀ ਘੈਂਟ ਹੈਗੀ ਆਮ ਤੌਰ ਤੇ, ਇਹ ਕੰਨ ਬਹੁਤ ਘੱਟ ਮਿਲਦੇ ਆ, ਹਨਾ। ਹਾਂਜੀ। ਤੇ ਤੁਸੀਂ ਬਾਈ ਫਿਰ ਇਹ ਖਰੀਦਣ ਲੱਗਿਆਂ ਨੇ ਕੀ ਦੇਖਿਆ ਹੈਗਾ? ਜਿਵੇਂ ਆਪਾਂ ਚਰਚਾ ਸੁਣ ਰਹੇ ਆ ਵੀ ਬੜਾ ਮਹਿੰਗੇ ਰੇਟ ਤੇ ਖਰੀਦਿਆ, ਚਲੋ ਆਪਾਂ ਰੇਟ ਤਾਂ ਨਹੀਂ ਦੱਸਦੇ ਕਿਉਂਕਿ ਲੋਕ ਅੱਜ ਕੱਲ ਯਕੀਨ ਵੀ ਨਹੀਂ ਕਰਦੇ ਉਹੋ ਜਿਹੇ ਕਮੈਂਟ ਕਰਦੇ ਵੀ ਗੱਪ ਮਾਰ ਰਹੇ ਆ, ਰੇਟ ਨਹੀਂ ਆਪਾਂ ਦੱਸਣਾ ਵੀ ਤੁਸੀਂ ਬਹੁਤ ਰੇਟ ਭਰਿਆ ਹੈਗਾ, ਕੀ ਦੇਖਿਆ ਫਿਰ ਰੇਟ ਭਰਨ ਲੱਗੇ ਨੇ? ਇੱਕ ਤਾਂ ਬਾਈ ਜੀ ਦੇਖੋ ਸਾਰੇ ਵੀਰ ਜਾਣਦੇ ਹਨਾ ਜਿਹੜੇ ਬਰਬਰੀ ਤੇ ਕੰਮ ਕਰਦੇ ਵੀ ਬਲੱਡ ਲਾਈਨ ਇਹ ਕਾਫੀ ਚੰਗੀ ਸੀਗੀ, ਟੌਪ ਚ ਆ ਗਈ। ਤੇ ਅੱਗੇ ਮੰਨ ਕੇ ਚੱਲੋ ਇਹ ਰਿਜ਼ਲਟ ਵੀ ਸੋਹਣਾ ਕੱਢਦੇ ਬੱਚੇ। ਹਾਂਜੀ। ਤੇ ਬਾਕੀ ਇਹ ਚੰਗੀ ਕੁਆਲਿਟੀ ਦੇ ਜਾਨਵਰ ਆਉਣਗੇ ਬਾਈ ਫੇਰ ਹੀ ਕੀਮਤ ਮਿਲਣੀ ਆ, ਫੇਰ ਹੀ ਮਿਲਣੀ। ਤੇ ਹੁਣ ਕਾਟੂ ਮਾਲ ਕੋਈ ਤਿਆਰ ਕਰੀ ਚੱਲੂ ਉਹਦੀ ਫਿਰ ਬਈ ਕੀਮਤ। ਬਾਕੀ ਜਿਵੇਂ ਅੱਜ ਕੱਲ ਕੰਪੀਟੀਸ਼ਨ ਵੀ ਬੜਾ ਟਫ ਹੋ ਗਿਆ ਹਨਾ। ਬਿਲਕੁਲ ਬਈ ਬਿਲਕੁਲ। ਤੇ ਜਿਵੇਂ ਬਾਈ ਤੁਹਾਡਾ ਆਹ ਜਾਨਵਰ ਹੈਗਾ ਬਾਈ ਜਗਦੀਪ ਨੂੰ ਤੁਸੀਂ ਦਿੱਤਾ, ਇਹ ਵੀ ਜਾਨਵਰ ਦੀ ਕੁਆਲਿਟੀ ਦੇਖ ਰਹੇ ਆ ਆਪਾਂ ਵੀ ਬਹੁਤ ਟੌਪ ਆਇਆ। ਇਹ ਕਿਹੜੇ ਬੱਕਰੇ ਦਾ ਸੀਗਾ ਬਾਈ ਆਪਣਾ? ਇਹ ਬਾਈ ਆਪਣਾ ਜਿਹੜਾ ਆਪ ਦਾ ਬਰੀਡਰ ਵੱਡਾ ਸੀਗਾ ਤੁਸੀਂ ਦੇਖਿਆ ਹੋਣਾ। ਹਾਂਜੀ ਹਾਂਜੀ। ਉਹ ਲਹਿਰੇ ਤੋਂ ਸ਼ੋਅ ਜਿੱਤਿਆ ਸੀਗਾ। ਹਾਂ। ਮੁੜ ਕੇ ਉਹਦਾ ਇਹ ਮਤਲਬ ਬੱਚਾ ਆਇਆ, ਇਹ ਵੀ ਖੀਰਾ ਬੱਚੇ ਸੀ ਅਜੇ 4 ਮਹੀਨੇ ਦਾ ਸੀਗਾ, ਰਖਾਲੇ ਤੋਂ ਸ਼ੋਅ ਜਿੱਤਿਆ ਸੀਗਾ। ਠੀਕ ਹੈ ਬਾਈ। ਤੇ ਇਹ ਪਹਿਲਾਂ ਆਪਾਂ ਪਾਲਿਆ ਹੋਇਆ ਸੀਗਾ, ਫਿਰ ਆਪਣੇ ਕੋਲ ਇਹਦੀ ਇੱਕ ਭੈਣ ਆ ਪੱਠ ਦੀ ਬੱਕਰੇ ਦੀ। ਹਾਂਜੀ। ਤੇ ਉਹ ਕ੍ਰੋਸ ਕਰਵਾਉਣੀ ਸੀ, ਮੈਂ ਕ੍ਰੋਸਿੰਗ ਲਈ ਪੁੱਛਿਆ ਸੀ ਜਗਦੀਪ ਨੂੰ। ਅੱਛਾ ਬਾਈ। ਤੇ ਇਸ ਬੱਕਰੇ 10 ਪੈ ਗਈ ਆਪਾਂ ਨੂੰ, ਤੇ ਉਹ ਬਾਈ ਬਨੇ ਬਕਾਊ ਕਰਤਾ, ਕਹਿੰਦਾ ਵੇਚਣਾ ਆਪਾਂ। ਅੱਛਾ। ਫਿਰ ਉਹ ਜਗਦੀਪ ਕਹਿੰਦਾ ਵੀ ਉਹ ਬੱਕਰਾ ਮੈਂ ਲੈ ਲੂੰਗਾ, ਤੇ ਵੀ ਤੂੰ ਉਹ ਖਰੀਦ ਲੈ ਚੱਲ। ਫਿਰ ਆਪਾਂ ਇਹਦਾ ਸੌਦਾ ਕਰ ਲਿਆ, ਫਿਰ ਉਹ ਜਗਦੀਪ ਨੂੰ ਵੇਚ। ਉਹ ਵੀ ਘਰ ਵਾਲੀ ਗੱਲ ਹੀ ਹੈ, ਚੱਲ ਘਰੇ ਰਹਿ ਗਿਆ ਹਨਾ। ਹਾਂ ਹਾਂ ਘਰ ਵਾਲੀ ਗੱਲ ਹੀ ਰਹਿ ਗਿਆ। ਹਾਂ ਬਾਈ, ਹੋਰ ਗੱਲਬਾਤ ਜਿਵੇਂ ਤੁਸੀਂ ਬਰਬਰੀ ਵੇਚੀ ਪਿੱਛੇ ਜੇ ਹਨਾ, ਕਿੰਨੇ ਦੀ ਵੇਚੀ ਆ ਉਹ? ਆਪਣੀ ਬਾਈ 38,800 ਦੀ ਗਈ ਆ ਉਹ। 38,800 ਦੀ ਸੌਦਾ 39,000 ਦਾ ਹੋਇਆ ਸੀਗਾ। ਅੱਛਾ। ਤੇ 200 ਰੁਪਏ ਆਪਾਂ ਬਾਈ ਨੂੰ ਛੋਟ ਕਰਤੀ ਸੀਗੀ ਬਾਈ ਬੋਰਡ ਨਾਲ ਸੌਦਾ ਹੋਇਆ। ਲਓ ਬਾਈ ਵੀਡੀਓ ਚੱਲਦੀ, ਵੀਡੀਓ 'ਚ ਹੀ ਬਾਈ ਬੋਰਡ ਵੀ ਆ ਗਿਆ ਹਨਾ, ਜੋ ਆਨੰਦ ਤੋਂ ਜਿਨ੍ਹਾਂ ਨੇ ਬਰਬਰੀ ਖਰੀਦੀ ਆ ਉਹ, ਤੇ ਜਿੱਥੋਂ ਬਰਬਰੀ ਪਹਿਲਾਂ ਆਈ ਸੀਗੀ ਰਿੰਕੂ ਵੀ ਨਾਲ ਹੀ ਆ। ਆਜੋ ਬਾਈ ਬੋਰਡ, ਆਜੋ ਬਾਈ ਬੋਰਡ, ਆਜੋ ਨਾਲ ਹੀ ਆਜੋ ਆਪ। ਚੱਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਲੇਟ ਹੋ ਗਏ, ਆਜੋ ਬਾਈ ਬਹਿ ਜਾਓ। ਤੇ ਬਾਈ ਆਪਣੇ ਬੋਰਡ ਸਿੰਘ ਆ ਗਿਆ, ਇਹਨਾਂ ਨੇ ਬਾਈ ਮਨਪ੍ਰੀਤ ਤੋਂ ਬਰਬਰੀ ਖਰੀਦੀ ਆ 38,800 ਦੀ ਹਨਾ ਬਾਈ। ਤੁਸੀਂ ਬਾਈ ਫਿਰ ਇੰਨੇ ਪੈਸੇ ਕਿਵੇਂ ਲਾਏ ਕੀ ਦੇਖ ਕੇ? ਦੇਖਣਾ ਤਾਂ ਬਾਈ ਜਾਨਵਰ ਇੱਕ ਨੰਬਰ ਸੀ। ਹਾਂਜੀ। ਬਾਕੀ ਜਾਨਵਰ ਨੂੰ ਦੇਖ ਕੇ ਰਿਹਾ ਹੀ ਨਹੀਂ ਗਿਆ। ਠੀਕ ਹੈ। ਕੋਈ ਹੋਰ ਲੈ ਜੇ ਇਹ ਆਪਾਂ ਸੋਚਣੀ ਨਹੀਂ ਮਤਲਬ ਦਿੱਤਾ। ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਬਰਬਰੀ ਵੀ ਬਾਈ ਕੋਲੇ ਖੜੀ ਆ? ਕਿੱਥੋਂ ਪਤਾ ਲੱਗਿਆ ਸੀ? ਆਪਾਂ ਬਾਈ ਬੱਕਰੀ ਮਿਲਾਉਣ ਗਏ ਸੀ ਬਾਈ ਕੋਲੇ। ਅੱਛਾ। ਤੇ ਉੱਥੇ ਬਾਈ ਨੇ ਕਹਿਤਾ ਵੀ ਆਹ ਬੱਚਾ ਆਪਾਂ ਵੇਚਣਾ ਹੈ। ਅੱਛਾ। ਵੀ ਅਜੇ 2 ਦੰਦੀ ਹੈ। ਠੀਕ ਆ। ਫਿਰ ਬਸ ਸਮਾਨ ਬਣ ਗਿਆ ਉੱਥੇ, ਮੈਂ ਕਿਹਾ ਵੀ ਭਾਈ ਕਰਦੇ ਆ। ਪੈਸੇ ਕਿੰਨੇ ਮੰਗੇ ਬਾਈ ਨੇ? ਪੈਸੇ ਤਾਂ ਜਿੰਨੇ ਮੰਗੇ ਆਪਾਂ ਦੇਤੇ ਜੀ। ਅੱਛਾ, ਉਹਨੇ ਜੀ ਹੈ। ਹਾਂ, ਬਾਈ ਨੇ ਮਾਣ ਤਾਂ ਨਹੀਂ ਕੀਤਾ ਆਪਣਾ, ਜੋ ਵੀ ਕੀਤਾ ਬਹੁਤ ਧੰਨਵਾਦ ਬਾਈ ਦਾ। ਠੀਕ ਹੈ ਬਾਈ, ਹੁਣ ਫਿਰ ਤਿਆਰ ਕਰੀ ਜਾਂਦੇ ਬੱਕਰੀ? ਹਾਂਜੀ ਹਾਂਜੀ ਬਾਈ, ਵਧੀਆ ਮਨ ਲੱਗ ਗਿਆ ਉਹਦਾ ਵਿਚਾਰੀ ਦਾ। ਤੇ ਬਾਈ ਉਹ ਬੱਕਰੀ ਜਦੋਂ ਸ਼ੁਰੂ ਤੋਂ ਆਈ ਸੀ ਨਾ, 2 ਸ਼ੋ ਜਿੱਤੀ ਸੀਗੀ ਬਾਈ ਰਿੰਕੂ ਤੋਂ ਆਈ ਸੀਗੀ ਬੱਕਰੀ ਉਹ, ਇੱਕ ਤਾਂ ਬਾਈ ਰਖਾਲੇ ਤੋਂ ਤੇ ਫੁੱਲੇ ਵਾਲੇ ਤੋਂ ਹਨਾ। ਫੁੱਲੇ ਵਾਲੇ ਪਹਿਲੇ ਨੰਬਰ ਤੇ ਫੁੱਲੇ। ਤੁਸੀਂ ਕਿੱਥੋਂ ਲੈ ਕੇ ਆਏ ਸੀ ਬੱਚਾ ਫਿਰ ਉਦੋਂ ਜਦੋਂ ਛੋਟੀ ਤਿਆਰ ਕੀਤੀ ਸੀ? ਇਹ ਬਾਈ ਜਮਾਂ ਨਿੱਕੀ ਸੀ, ਜਾਨੀ ਕਿ ਹੋਊਗੀ ਮਹੀਨੇ ਦੇ, ਮੰਨ ਲਓ ਡੇਢ ਦੀ ਮੰਨ ਲਓ ਬਸ, ਇੱਥੇ ਸੀ। ਹਾਂਜੀ। ਇਹਦੀ ਮਾਂ ਬਾਈ ਹੈ ਨਹੀਂ ਸੀਗੀ। ਅੱਛਾ। ਜੇ ਕੋਈ ਬੰਦਾ ਲੈ ਕੇ ਗਿਆ ਸੀ ਉਹ ਮਾਸਟਰ ਦਿਖਣੀ, ਦਿਖਣੀ ਕੀ ਸੀ, ਇਹ ਬਾਈ ਗਿੱਲਾਂ ਕੋਲੇ ਆਏ ਸੀ, PB30 ਲੈ ਗਿੱਲ ਆ। ਠੀਕ ਹੈ। ਉਹਨਾਂ ਕੋਲੇ ਜਾਵੜੀ ਸੀ, ਉਹਨਾਂ ਨੂੰ ਮੈਂ ਕਾਫੀ ਸਮੇਂ ਦਾ ਕਿਹਾ ਵੀ ਇੱਕ ਚੰਗੀ ਪੱਠ ਆ ਗਈ ਤਾਂ ਮੈਨੂੰ ਦੇ ਦਿਓ। ਅੱਛਾ। ਉਹਨਾਂ ਕੋਲੇ ਜਿਵੇਂ ਵੀ ਉਹ ਪੱਠ ਆ ਗਈ ਤੇ ਆਪਾਂ ਉਹਨੂੰ ਦੇਤੀ ਉਹ। ਠੀਕ ਆ। ਆਪਾਂ ਬਸ 1.5 ਮਹੀਨੇ ਤੋਂ ਤਿਆਰ ਕੀਤੀ ਉਹ, ਤੇ ਇੰਨੀ ਆ ਮੈਂ 5 ਤੋਂ 6 ਬੱਕਰੀਆਂ ਵਾਸਤੇ ਦੁੱਧ ਵਾਸਤੇ ਲਿਆ ਲਿਆ ਪਾਲੀ, ਮੈਂ ਦੁੱਧ ਤੇ ਹੀ ਪਾਲੀ ਜਿੰਨੀ ਵੀ ਪਾਲੀ। ਅੱਛਾ। ਤੇ ਉਸ ਤੋਂ ਬਾਅਦ ਮੈਂ ਰਸਤਾ ਨਹੀਂ ਕਦੇ ਪਾਇਆ ਸੀਗਾ। ਠੀਕ ਆ ਬਾਈ। ਜਮਾਂ ਖੁੱਲੀ ਰੱਖੀ ਬਾਈ ਜਮਾਂ ਹੀ, ਤੇ ਪੂਰੇ ਸ਼ੌਂਕ ਨਾਲ ਪਾਲੀ, ਤੁਹਾਨੂੰ ਪਤਾ ਹੀ ਇਸ ਵੇ ਹੁਣ ਵੀ ਆਪਣੇ ਕੋਲ ਇੱਕ ਪੱਠ ਲੈ ਕੇ ਆਇਆ, ਹੁਣ ਆਪਾਂ 15 ਦਿਨਾਂ ਦੀ ਪੱਠ ਲੈ ਕੇ ਆਏ ਸਿਰਫ ਹੀ। ਉਸੇ ਕੁਆਲਿਟੀ 'ਚ ਉਹੀ ਪੱਠ ਜਮਾਂ ਸੇਮ ਆ, ਉਹੀ ਕਲਰ, ਉਹੀ ਸਭ ਕੁਛ, ਹੁਣ ਵੀ ਆਪਾਂ ਤਿਆਰ ਕਰੀ ਜਾਂਦੇ ਹਾਂ। ਦੋਸਤੋ ਜਿਵੇਂ ਤੁਹਾਨੂੰ ਦੱਸਦੇ ਹਾਂ ਵੀ ਬਾਈ ਉਦੋਂ ਨਾ ਫੋਟੋ ਪਾਉਂਦਾ ਹੁੰਦਾ ਜਦੋਂ ਉਹਨੇ ਪੱਠ ਤਿਆਰ ਕੀਤੀ ਆ, ਕਦੇ ਬਾਈ ਨੇ ਗਾਜਰਾਂ ਖਵਾਉਣੀਆਂ ਉਹਨੂੰ ਹਨਾ, ਕਦੇ ਭੁਜੀਆ ਖਵਾਉਣਾ, ਕਦੇ ਛੋਲੇ ਖਵਾਉਣੇ, ਵੀ ਬੱਚਿਆਂ ਵਾਂਗੂ ਤਿਆਰ ਕੀਤੀ ਸੀ ਪੱਠ। ਜਦੋਂ ਫੁੱਲੇ ਵਾਲੇ ਸ਼ੋਅ ਤੇ ਗਈ ਸੀ ਪੱਠ, ਖੜ ਖੜ ਦੇਖਦੇ ਸੀ ਲੋਕ, ਉਦੋਂ ਗਰੋਥ ਵੀ ਬੜੀ ਸੀ ਪੱਠ ਦੀ, ਕੰਨਾਂ ਦੀ ਕੁਆਲਿਟੀ, ਤੇ ਹੁਣ ਵੀ ਬਾਈ ਕੋਲੇ ਫੋਟੋ ਮੈਂ ਹੈਗਾ। ਉਹ ਚੀਜ਼ ਨਹੀਂ ਪੱਠ ਦਾ ਜਿਹੜਾ ਮੁੱਲ ਪਵਾਇਆ ਬਾਈ ਤੋਂ, ਰਿੰਕੂ ਤੋਂ ਜਗਦੀਪ ਨੇ ਲਈ ਸੀਗੀ ਹਨਾ। ਹਾਂਜੀ ਬਾਈ, ਜਗਦੀਪ ਨੇ ਬਾਈ ਨੇ ਲਈ ਸੀਗੀ, ਤੇ ਬਾਈ ਨਾਲ ਵੀ ਗੱਲਬਾਤ ਕਰਦੇ
ਬਾਈ ਆਪਣੇ ਬਾਰੇ ਦੱਸਿਓ ਤੁਸੀਂ ਵੀ ਬਰਬਰੀਆਂ ਦਾ ਸ਼ੌਂਕ ਹੈ ਨਾ ਕਿੰਨੇ ਸਮੇਂ ਤੋਂ ਕਰ ਰਹੇ ਹੋ ਵੀਰ ਆਪਾਂ ਨੂੰ 3 ਸਾਲ ਹੋ ਗਏ ਬਰਬਰੀਆਂ ਦੇ ਕੰਮ ਚ ਆਏ ਨੂੰ 3 ਸਾਲ ਹੋ ਗਏ ਕਿੰਨੇ ਜਾਨਵਰ ਆ ਬਾਈ ਹੁਣ ਟੋਟਲ ਆਪਣੇ ਕੋਲ 15 ਨਾਗ ਆਈ ਹੋ ਸਾਰੇ 15 ਨਾਗ ਸਾਰੇ ਨਗੀਨੇ ਹੀ ਆ ਫਿਰ ਹਾਂਜੀ ਹੁਣ ਬਾਈ ਤੁਸੀਂ ਬੱਕਰਾ ਲਿਆ ਬਾਈ ਮਨਪ੍ਰੀਤ ਤੋਂ ਹਾਂਜੀ ਇਹ ਫਿਰ ਬਰੀਡਰ ਕੁਆਲਿਟੀ ਰੱਖਣਾ ਵੀ ਬਰੀਡਿੰਗ ਤੋਂ ਹਾਂਜੀ ਬਰੀਡਿੰਗ ਵਾਸਤੇ ਲਿਆ ਜੀ ਆਪਾਂ ਪਹਿਲਾਂ ਵੀ ਹੋਊਗਾ ਬਰੀਡਰ ਤੁਹਾਡੇ ਕੋਲ ਬਰੀਡਰ ਹੈਗਾ ਆਪਣੇ ਕੋਲ ਪਹਿਲਾਂ ਹੀ ਪਹਿਲਾਂ ਕਿਹੜੇ ਕਲਰ ਦਾ ਬਾਈ ਆਪਾਂ ਵਾਈਟ ਹੀ ਉਹ ਵੀ ਵਾਈਟ ਆ ਉਹ ਬਾਈ ਬੋਰਡ ਤੋਂ ਲਿਆ ਸੀ ਆਪਾਂ ਅੱਛਾ ਇਹਨਾਂ ਤੋਂ ਲਿਆ ਸੀ ਹਾਂਜੀ ਠੀਕ ਹੈ ਬਾਈ ਵੀ ਗੁੱਜਾ ਗੁੱਜਾ ਬਰਬਰੀ ਚ ਹੈ ਨਾ ਹਾਂਜੀ ਹਾਂਜੀ ਕਰਦਾ ਰਹਿੰਦਾ ਸ਼ੌਂਕ ਹਾਂਜੀ ਮੈਂ ਵੀ ਬਾਈ ਤੋਂ ਬਰਬਰੀਆਂ ਲੈ ਕੇ ਪਿੱਛੇ ਦੋ ਬਰਬਰੀਆਂ ਬਾਈ ਨੇ ਵੇਚੀਆਂ ਸੀ ਤੇ ਬਾਈ ਕੋਲੇ ਦੋਸਤੋ ਬੀਟਲ ਦੇ ਵਿੱਚ ਵੀ ਬਹੁਤ ਚੋਟੀ ਦੇ ਜਾਨਵਰ ਆ ਡਾਕਟਰ ਮੁਸਤਾਖ ਵਾਲੀ ਬਲੱਡ ਲਾਈਨ ਦਾ ਬਾਈ ਕੋਲੇ ਬਰੀਡਰ ਆ ਜੈੱਡ ਬਲੈਕ ਜਿਵੇਂ ਆਪਣੇ ਮੇਲੇ ਦੇ ਬੱਕਰਾ ਵਿਕਿਆ ਸੀ ਨਾ 5.5 ਲੱਖ ਦਾ ਤੇ ਉਹ ਬੱਕਰਾ ਜਿਵੇਂ ਹੈਗਾ ਤੇ ਉਹੋ ਜਿਹਾ ਬੱਕਰੇ ਜਮਾਂ ਸੇਮ ਡਿਟੋ ਕਾਪੀ ਹੈ ਨਾ ਬਾਈ ਵਾਲੇ ਪਾਸੋਂ ਭਰਾ ਹੈ ਨਾ ਬਾਈ ਛੱਡ ਦਿਓ ਫਿਰ ਬਰੀਡਿੰਗ ਤੇ ਛੱਡ ਦਿਓ ਉਹਨੂੰ ਹਾਂਜੀ ਛੱਡ ਦਿਓ ਕੀ ਫੀਸ ਰੱਖੀ ਆ ਮੀਟਿੰਗ ਫੀਸ ਕਿੰਨੀ ਰੱਖੀ ਆਪਾਂ 2500 ਰੁਪਇਆ ਫੀਸ ਰੱਖੀ ਆ ਜਿਵੇਂ ਬਾਈ ਕਈ ਫੋਨ ਕਰਦੇ ਹੁੰਦੇ ਆ ਭਰਾ ਆਪਣੇ ਏਰੀਆ ਦੇ ਵੀ ਬਾਈ ਚੰਗਾ ਬੱਕਰਾ ਹੋਵੇ ਯਾਰ ਬੱਕਰੀ ਮੇਟ ਕਰਵਾਉਣੀ ਆ ਤਾਂ ਤੁਸੀਂ ਨਾ ਬਾਈ ਬੋਰਡ ਕੋਲੇ ਜੋਗ ਆਨੰਦ ਪਿੰਡ ਆ ਬਠਿੰਡੇ ਨਹਿਰਾਂ ਕੋਲੇ ਪਿੰਡ ਆ ਇਹਨਾਂ ਦਾ ਤੇ ਉੱਥੇ ਜਾ ਕੇ ਜੇ ਚੰਗੀ ਬੀਟਲ ਬੱਕਰੀ ਕ੍ਰੋਸ ਕਰਨੀ ਤੇ ਇਹਨਾਂ ਤੋਂ ਸਰਵਿਸ ਲੈ ਸਕਦੇ ਹੋ ਮਨਪ੍ਰੀਤ ਬਾਈ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਬਰੀਡਰ ਬਾਰੇ ਇਹਨੂੰ ਫਿਰ ਬਾਈ ਕ੍ਰੋਸਿੰਗ ਤੇ ਵੀ ਛੱਡੋਗੇ ਜਾਂ ਆਪਣੇ ਫਾਰਮ 'ਚ ਹੀ ਰੱਖਣਾ ਜੀ ਇਹ ਬਾਈ ਐਂ ਸੀ ਜੀ ਜਿਹੜੇ ਬੰਦੇ ਤੋਂ ਆਪਾਂ ਲਿਆ ਨਾ ਇਹ ਬਰੀਡਰ ਹਾਂਜੀ ਉਹਨਾਂ ਕੋਲੇ ਮੰਨ ਲਓ 2 ਦੰਦ ਵੀ ਇਹਨਾਂ ਨੇ ਹੋਣ ਨਹੀਂ ਸੀ ਦਿੱਤਾ ਜਦੋਂ ਬਰੀਡਿੰਗ ਲਈ ਛੱਡਣ ਲੱਗ ਗਏ ਕ੍ਰੋਸਿੰਗ ਅੱਛਾ ਛੋਟਾ ਹੀ ਛੱਡਣ ਲੱਗ ਗਏ ਹਾਂ ਇਹ ਹਜੇ ਇਹ 4 ਦੰਦ ਚੱਕਦਾ ਗਾ ਹੁਣ ਤੇ ਮੇਰਾ ਇਰਾਦਾ ਇਹ ਸੀ ਵੀ ਇਹਨੂੰ ਹਜੇ 8 ਦੰਦ ਤੱਕ ਇਹਨੂੰ ਫੁੱਲ ਸੇਵਾ ਕਰਕੇ ਇਹਨੂੰ ਤਿਆਰ ਕਰੀਏ ਠੀਕ ਆ ਬਾਈ ਵੀ ਆਪਾਂ ਉਦੋਂ ਬਾਅਦ ਮੰਨ ਲਾ ਵੀ ਆਮ ਲੋਕਾਂ ਦੇ ਆਪਾਂ ਸੇਵਾ ਲਈ ਹਨਾ ਵੀ ਬਰੀਡਿੰਗ ਲਈ ਛੱਡਾਂਗੇ ਛੱਡੋਗੇ ਜ਼ਰੂਰ ਹਾਂ ਛੱਡਾਂਗੇ ਜ਼ਰੂਰ ਆਪਣਾ ਇਹ ਕੰਮ ਨਹੀਂ ਵੀ ਆਪਾਂ ਰੱਬ ਦਾ ਰੱਬ ਮੰਗੀ ਆ ਕਿ ਹਾਂਜੀ ਵੀ ਭਾਈ ਫੀਸ ਇੰਨੀ ਲਵਾਂਗੇ ਹਨਾ ਠੀਕ ਆ ਪਿਆਰੀ ਗੱਲ ਆ ਫੀਸ ਦਾ ਹੱਕ ਵੀ ਬਣਦਾ ਕਿਉਂਕਿ ਰੱਖਣੇ ਆਪਾਂ ਇਹਦੀ ਕ੍ਰੋਸਿੰਗ ਦੀ ਗੱਲ ਕਰ ਰਹੇ ਸੀ ਹਨਾ ਤੁਸੀਂ ਫਿਰ ਇਹਦੀ ਕਦੋਂ ਸਰਵਿਸ ਦੇ ਰਹੇ ਹੋ ਬਾਈ ਜੀ ਕਿਹੜਾ ਤਾਂ ਆਪਣਾ ਇਹੀ ਇਰਾਦਾ ਵੀ ਇਹਨੂੰ 8 ਦੰਦ ਤੱਕ ਇਹਨਾਂ ਤਿਆਰ ਕਰੀਏ ਠੀਕ ਆ ਕਿਉਂਕਿ ਜਿਹੜੇ ਬੰਦੇ ਕੋਲੋਂ ਆਪਾਂ ਲੈ ਕੇ ਆਏ ਆ ਉਹਨਾਂ ਨੇ ਇਹਨੂੰ 2 ਦੰਦ ਵੀ ਨਹੀਂ ਸੀ ਹੋਣ ਦਿੱਤਾ ਉਦੋਂ ਇਹ ਕ੍ਰੋਸਿੰਗ ਲਈ ਛੱਡਣ ਲੱਗ ਗਏ ਸੀ ਅੱਛਾ ਬਾਈ ਤੇ ਮੈਨੂੰ ਇਹ ਆ ਵੀ ਚੱਲ ਜਾਨਵਰ ਆਪਾਂ ਜੋ ਮਿਹਨਤ ਨਾਲ ਪਾਲਿਆ ਪਰਮਾਤਮਾ ਦੀ ਮਿਹਰ ਨਾਲ ਆਪਾਂ ਕੋਲ ਆ ਗਿਆ ਤੇ ਆਪਾਂ ਇਹਦੀ ਸੇਵਾ ਕਰੀਏ ਕਿਹੜਾ ਮੁੜ ਕੇ 8 ਦੰਦ ਜਦੋਂ ਹੋ ਗਿਆ ਫਿਰ ਆਪਾਂ ਲੋਕਾਂ ਦੀ ਸੇਵਾ ਲਈ ਆਪਾਂ ਹਾਜ਼ਰ ਠੀਕ ਆ ਸਾਰਿਆਂ ਦੇ ਦਿਲ ਕਰਦਾ ਹੁੰਦਾ ਬਾਈ ਸਾਡੇ ਕੋਲੇ ਚੰਗੇ ਜਾਨਵਰ ਆਉਣ ਹਨਾ ਬਰੀਡਰ ਸਾਰੇ ਬੰਦੇ ਨਹੀਂ ਰੱਖਦੇ ਚਲੋ ਜੇ ਆਪਣੇ ਕੋਲੇ ਚੰਗਾ ਜਾਨਵਰ ਹੈਗਾ ਤੇ ਉਹਦੀ ਜਿਹੜੀ ਸਰਵਿਸ ਦੇਣੀ ਹੈ ਕ੍ਰੋਸਿੰਗ ਦੀ ਵਧੀਆ ਗੱਲ ਆ ਤੇ ਬਾਈ ਫਿਰ ਹੁਣ ਆਪਣੇ ਕੋਲੇ ਨਾਗ ਹੈਗੇ ਇਸ ਸਮੇਂ ਬਰਬਰੀ ਬਾਈ ਪਹਿਲਾਂ ਤਾਂ ਮੇਰਾ ਵੇਚਣ ਦਾ ਇਰਾਦਾ ਬਣ ਗਿਆ ਸੀਗਾ ਹਾਂ ਤੇ ਤੁਹਾਨੂੰ ਵੀ ਪਤਾ ਹੀ ਹੈ ਮੈਂ ਆਪਣੇ ਚੰਗੀਆਂ ਚੰਗੀਆਂ ਜਿਹੜੀਆਂ ਬਰਬਰੀਆਂ ਸੀਗਾ ਆਪਾਂ ਸੇਲ ਕੀਤੀਆਂ ਸ਼ੌਂਕ ਨੂੰ ਇੱਕ ਦੋ ਹੀ ਰੱਖਣਾ ਸੀਗਾ ਹਾਂਜੀ ਕੰਮ ਕਰਨ ਲੱਗ ਗਿਆ ਸੀ ਮੱਝਾਂ ਦਾ ਠੀਕ ਹੈ ਬਾਈ ਤੇ ਉਹ ਥੋੜੀ ਗੱਲਬਾਤ ਗਰੁੱਪਾਂ ਚ ਇਹੋ ਜਿਹੀ ਹੋ ਗਈ ਤੇ ਆਪਾਂ ਨੂੰ ਇਹ ਰੱਖਣੇ ਪੈ ਗਏ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਮੈਨੂੰ ਇਹ ਨਗੀਨੇ ਸਾਹਮਣੇ ਪੈ ਗਏ ਤੇ ਆਪਾਂ ਸਾਂਭ ਕੇ ਰੱਖਾਂਗੇ ਹੁਣ ਤੇ ਇਹ ਹੁਣ ਆਪਣੇ ਕੋਲ ਘਰੇ 3 ਕਨਾਗ ਹੁਣ ਮੈਂ ਇਕੱਠੇ ਕੀਤੇ ਬਰਬਰੀ ਦੇ ਚੰਗੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਰ ਲਵਾਂਗੇ ਤੁਹਾਡੀ ਮਿਹਰ ਨਾਲ ਜੇ ਕੋਈ ਚੰਗਾ ਮਿਲ ਗਿਆ ਤੇ ਆਪਾਂ ਜ਼ਰੂਰ ਖਰੀਦ ਲਾਂਗੇ ਠੀਕ ਹੈ ਬਾਈ ਬਾਕੀ ਚੌਥਾ ਜਾਨਵਰ ਇਹ ਆਪਣੇ ਕੋਲੇ ਬੀਟਲ ਦੀ ਸੀਗੀ ਇੱਕ ਪੱਠ ਬੱਕਰੀ ਇੱਕ ਉਹਦੇ ਮਗਰ ਪੱਠ ਹੈ ਗਿਣਵੀਂ ਜੇ ਨਾਗ ਆ ਬਸ ਵੀ ਇੰਨਾ ਸ਼ੌਂਕ ਆ ਵੀ ਯਾਰ ਚੰਗੀ ਕੁਆਲਿਟੀ ਦੇ ਰੱਖਣੇ ਆ ਠੀਕ ਹੈ ਬਾਈ ਬਾਈ ਜਗਦੀਪ ਇਹ ਬੱਕਰਾ ਜਿਹੜਾ ਹੈਗਾ ਆਪਾਂ ਇਹ ਛੱਡਿਆ ਜੀ ਬਰੀਡਿੰਗ ਲਈ ਆਉਂਦਾ ਬੱਕਰੀ ਕ੍ਰੋਸ ਕਰਾਉਣ ਕਿੰਨੀ ਫੀਸ ਲੈਣੋ ਫਿਰ 1100 ਬਾਈ ਨੇ ਜਾਇਜ਼ ਜੀ ਫੀਸ ਰੱਖੀ ਆ ਬੱਕਰੇ ਬਾਈ ਸਾਹਮਣੇ ਵੀ ਬਹੁਤ ਔਖੇ ਹੁੰਦੇ ਜਿਹਦੇ ਕੋਲ ਬੱਕਰੇ ਹੈਗੇ ਆ ਹਨਾ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਫੀਡ ਵਗੈਰਾ ਵੀ ਪਾਉਣੀ ਵਿਚਾਰੇ ਤਾਂ ਬਾਈ ਲਿੱਸੇ ਹੋ ਜਾਂਦੇ ਬੱਕਰੇ ਹਨਾ ਕਿਉਂਕਿ ਬਾਈ ਜੀ ਤੁਸੀਂ ਆਪ ਦੇਖੋ ਮੈਂ ਮੰਨਦਾ ਵੀ ਆ ਜੇ ਕੋਈ ਫੀਸ ਰੱਖਦਾ 2000 ਤੱਕ ਵੀ ਜੇ ਕੋਈ ਫੀਸ ਰੱਖਦਾ ਕਿਉਂਕਿ ਬਾਈ ਬੋਰਡ ਨੇ ਰੱਖਿਆ ਹਾਂਜੀ ਵੀ 3500 ਫੀਸ ਵੀ ਕੋਈ ਲੈਂਦਾ ਕੋਈ ਮਾੜੀ ਨਹੀਂ ਜਾਇਜ਼ ਆ ਹਨਾ ਜਾਇਜ਼ ਆ ਕਾਰਨ ਇਹ ਆ ਵੀ ਬੀਟਲ ਬੱਕਰਾ ਬਾਈ ਇੱਕ ਰੱਖੋਗੇ ਤੇ ਮੰਨ ਲਓ ਬਰਬਰਾਂ ਦੀ ਹਾਂਜੀ ਤੇ ਉਹ 5 ਬਰਬਰੀਆਂ ਤੁਹਾਨੂੰ ਬੱਚੇ ਦੇ ਕੇ ਆਮਦਨ ਤਾਂ ਦੇਣਗਾ ਆਪਾਂ ਨੂੰ ਆਮਦਨ ਕੀ ਆ ਸਿਰਫ ਹੁਣ ਆਪਦਾ ਖਰਚਾ ਕੱਢਣਾ ਉਹ ਵੀ ਬਰੀਡਿੰਗ ਫੀਸ ਤੇ ਕੱਢਣਾ ਸਹੀ ਗੱਲ ਆ ਕ੍ਰੋਸਿੰਗ ਫੀਸ ਤੇ ਇਹਨਾਂ ਨੇ ਹੁਣ ਮੰਨ ਲਓ ਜਿਹੜੀ ਕ੍ਰੋਸਿੰਗ ਫੀਸ ਉਹਨਾਂ ਦੇ ਸਿਰ ਤੇ ਆਪਦਾ ਖਰਚਾ ਕੱਢਣਾ ਜੇ ਇਹਨਾਂ ਦੀ ਥਾਂ ਤੇ ਕੋਈ ਤੇ ਉਹਨਾਂ ਨੇ ਆਪਦੇ ਬੱਚੇ ਦੇ ਕੇ ਆਪਦਾ ਮਤਲਬ ਆਮਦਨ ਦੇਣੀ ਆ ਹਾਂਜੀ ਇਹ ਚੀਜ਼ ਆ ਮੇਰੀ ਤੇ ਬਾਈ ਬਹੁਤ ਗੱਲਬਾਤ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਮੰਡੀ ਤੇ ਹਨਾ ਚੱਲ ਕੇ ਆਏ ਤੇ ਬਾਈ ਆਪਣੀ ਭਲਾਈ ਆ ਨਾ ਮੰਡੀ ਤੁਸੀਂ ਪਹਿਲਾਂ ਵੀ ਆਉਣੇ ਹੋ ਹਨਾ ਦਰਸ਼ਕਾਂ ਨੂੰ ਵੀ ਕਿਵੇਂ ਦੇ ਪ੍ਰਬੰਧ ਲੱਗੇ ਤੁਸੀਂ ਇੱਥੇ ਆਏ ਹੋ ਹਨਾ ਦਾ ਪ੍ਰਬੰਧ ਲੱਗਦਾ ਨਹੀਂ ਨਹੀਂ ਬਾਈ ਜੀ ਪ੍ਰਬੰਧ ਬਹੁਤ ਹੀ ਵਧੀਆ ਹਾਂਜੀ ਵਰਤਣ ਵਾਲਾ ਆਪਦੇ ਜਾਣ ਪਛਾਣ ਵਾਲੇ ਸਾਰੇ ਜੇ ਕੋਈ ਬੰਦਾ ਬਾਹਰੋਂ ਆਉਂਦਾ ਦੂਰੋਂ ਚੱਲ ਕੇ ਆਉਂਦਾ ਤਾਂ ਉਹਨੂੰ ਮਤਲਬ ਇਹ ਨਹੀਂ ਫੀਲ ਹੋਊਗਾ ਵੀ ਬਗਾਨੇ ਥਾਂ ਆ ਗਏ
सारे आपदे बंदे आ पानी दा जां लंगर पानी दा सारा टेंशन लैण दी लोड़ नहीं भी कई बार हुंदा भी यार मंडी ते जावांगे मैं भुखे मरदे फिरांगे उत्थे हांजी हैना कोई खाना नाल लैके आउण दी लोड़ नहीं लंगर पानी वधिया इत्थे खुल्ला वरतदा प्रबंध है बाकी शानदार इत्थे तंबू लगे हुए आ थोड़े जानवरां नूं भी कोई दिक्कत नहीं आउंदी पता क्या शानदार जिहड़ा माहौल आ इत्थे ते यही बेनती करदे आ वध तों वध वीर जिहड़े नग सेल परचेज करने आ ਤੇ ਉਹ ਜ਼ਰੂਰ ਇੱਥੇ ਆਇਆ।